ਨਾਭਾ ਪੁਲਿਸ ਵੱਲੋਂ ਨੌਜਵਾਨ ਦੇ ਅੰਨੇ ਕਤਲ ਦਾ ਮਾਮਲਾ 24 ਘੰਟਿਆਂ ਵਿੱਚ ਹੀ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਨਾਭਾ ਵਿਖੇ ਪ੍ਰੈਸ ਕਾਨਫਰੰਸ ਦਰਮਿਆਨ ਖੁਲਾਸਾ ਕਰਦਿਆਂ DSP ਨਾਭਾ ਦਵਿੰਦਰ ਅਤਰੀ ਅਤੇ ਸਦਰ ਥਾਣਾ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਪਿੰਡਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਮ੍ਰਿਤਕ ਨੌਜਵਾਨ ਕਮਲਪ੍ਰੀਤ ਦਾ ਕਤਲ ਉਸਦੇ ਆਪਣੇ ਦੋਸਤਾਂ ਨੇ ਕੀਤਾ ਸੀ। उन्होंने दस्या कि नौजवान ने अन्ने कतल दे मामले दी तेजी नाल तफ्तीश करदिया नाभा पुलिस वल्लों 24 घंटे विच ही मृतक नौजवान दे तीन दोस्तां नूं गिरफ्तार कर लिया है। जानकारी दिंदे होए पुलिस अधिकारियों ने दस्या कि थाना सदर नाभा विखे कतल संबंधी मसूल होई इतला मुताबिक पिंड कोटला दी सुआ पुली ते नगन हालात विच एक नौजवान व्यक्ति दी डेड बॉडी दी जानकारी प्राप्त हुई सी। मृतक नूं काफी बुरी तरह मारिया होया सी। इस वारदात नूं जिला पुलिस मुखी वरुण शर्मा वल्लों काफी गंभीरता नाल लैंदे होए दित्ते दिशा निर्देशां तहत हरबीर सिंह PPS कप्तान पुलिस इन्वेस्टिगेशन पटियाला दी निगरानी हेठ दविंदर कुमार PPS DSP नाभा पटियाला दी अगवाई हेठ इंस्पैक्टर गुरप्रीत सिंह मुख अफसर थाना सदर नाभा दी टीम दा गठन कीता गया अते मृतक दे पिता सुखविंदर सिंह पुत्र श्याम सिंह दे बयानां दे आधार ते IPC दी धारा 302-34 अधीन मामला दर्ज कीता गया। पुलिस अधिकारियों मुताबिक दौराने तफ्तीश कथित दोषियान पवित्र सिंह अते पुत्र तरसेम सिंह वासी हिम्मतपुरा सुखी पुत्र भगवान सिंह वासी बिनाड़ी अते अवतार सिंह पुत्र गुरमीत सिंह वासी कोट खुर्द नूं इस गुरप्रीत सिंह पिंडर मुख अफसर थाना सदर नाभा अते उन्हां दी टीम वल्लों 24 घंटे अंदर गिरफ्तार करके कतल दी गुत्थी नूं सुलझाया गया है। इस बारे पुलिस कर्मियों ने होर की कुछ किया तुसीं वी जरूर सुनो। ਬਿਨਾਂ ਕੱਪੜਿਆਂ ਤੋਂ ਜਦੋਂ ਅਸੀਂ ਛਿੰਤਾ ਵਾਲਿਆਂ ਤੋਂ ਕੋਟ ਕਲਾਂ ਵੱਲ ਕੱਚੇ ਰੰਗ ਜਾਂਦੇ ਸੂਰ 'ਚ ਜਾਂਦੇ ਹਾਂ ਉਦੋਂ ਰਸਤੇ ਵਿੱਚ ਇੱਕ ਡੈੱਡ ਬੋਡੀ ਮਿਲੀ ਸੀ ਜਿਸ 'ਤੇ SHO ਸਦਰ ਗੁਰਪ੍ਰੀਤ ਪਿੰਡਰ ਅਤੇ ਇਹਨਾਂ ਨੇ ਆਪਣੀ ਸਮੇਤ ਟੀਮ ਚੌਂਕੀ ਦਾ ਛਿੰਤਾ ਵਾਲਾ ਮੌਕੇ 'ਤੇ ਗਏ ਮੌਕਾ ਮਾਰਿਆ ਕੀਤਾ ਇੱਕ ਡੈੱਡ ਬੋਡੀ ਜਿਸ ਦੇ ਸਿਰ ਉੱਪਰ ਅਤੇ ਬੋਡੀ 'ਤੇ ਕਾਫੀ ਜਿਹੜੇ ਜ਼ਖਮ ਪਾਏ ਗਏ ਸੀ ਜੋ ਸੱਟਾਂ ਮਾਰ ਕੇ ਕਿਸੇ ਨਾਮ ਨੂੰ ਲੜਕੀਆਂ ਨੇ ਇਹਨੂੰ ਕਤਲ ਕੀਤਾ ਸੀਗਾ ਜੋ ਇਹਨਾਂ ਨੇ ਪਹਿਲਾਂ ਤਾਂ ਉਹ ਡੈੱਡ ਬੋਡੀ ਜਿਹੜੀ ਮਿਲੀ ਸੀ ਉਹਨੂੰ ਆਇਡੈਂਟੀਫਾਈ ਕੀਤਾ ਉਹ ਕਮਲ ਪ੍ਰਿੰਸ ਪੁੱਤਰ ਸੁਖਵਿੰਦਰ ਸਿੰਘ ਵਾਸੀ ਲੋਹਾਰ ਮਜਰਾ ਜਿਹੜਾ ਆਇਡੈਂਟੀਫਾਈ ਹੋਇਆ ਉਸ ਨੂੰ ਅੱਗੇ ਲੈ ਕੇ ਆਪਣਾ ਤਫਤੀਸ਼ ਜਦੋਂ ਕੰਟੀਨਿਊ ਕਰਦੇ ਹੋਏ ਤਾਂ ਥਾਣਾ ਸਦਰ ਨਾਭਾ ਵਿਖੇ FP ਨੰਬਰ 61-302-34 IPC ਪਰਚਾ ਦਰਜ ਕੀਤਾ ਗਿਆ ਉਦੋਂ ਤਫਤੀਸ਼ ਨੂੰ ਡੰਘਾਈ ਨਾਲ ਸਾਇੰਟੀਫਿਕ ਅਤੇ ਸੋਰਸ ਰਾਹੀਂ ਜੋ ਇਹ ਸਾਹਮਣੇ ਆਇਆ ਕਿ ਜੋ ਮ੍ਰਿਤਕ ਕਮਲ ਉਸਦੇ ਹੀ ਖਾਸ ਮਿੱਤਰ ਜਿਹੜੇ ਸੀਗੇ ਕਿਸੇ ਟਾਈਮ ਜਿਨ੍ਹਾਂ ਵਿੱਚ ਅਵਤਾਰ ਸਿੰਘ ਪਵਿੱਤਰ ਸਿੰਘ ਅਤੇ ਸੁੱਖੀ ਜੋ ਕਿ ਨਾਲ ਦੇ ਪਿੰਡਾਂ ਦੇ ਰਹਿਣ ਵਾਲੇ ਨੇ ਇਹਨਾਂ ਨੇ ਉਸ ਨੂੰ ਫੋਨ ਕਰਕੇ ਸ਼ਾਮ ਨੂੰ ਬੁਲਾਇਆ ਕਿਸੇ ਹੱਤੇ 'ਤੇ ਉੱਥੇ ਇਹਨਾਂ ਨੇ ਰਲ ਮਿਲ ਕੇ ਸ਼ਰਾਬ ਪੀਤੀ ਪਵਿੱਤਰ ਜੋ ਕਿ ਇਸ ਕੇਸ ਦਾ ਮੁੱਖ ਦੋਸ਼ੀ ਆ ਉਸਨੂੰ ਇਹ ਸੀਗਾ ਵੀ ਜੇ ਜਿਹੜਾ ਮ੍ਰਿਤਕ ਆ ਵੀ ਇਹ ਮੇਰੀ ਇਨਫੋਰਮੇਸ਼ਨ ਜੋ ਇਹਨਾਂ ਦੀ ਕੋਈ ਮਾੜੀ ਮੋਟੀ ਲੜਾਈ ਹੋਣੀ ਆ ਕਿਸੇ ਗਰੁੱਪ ਨਾਲ ਇਹ ਮੇਰੀ ਜਿਹੜੀ ਇਨਫੋਰਮੇਸ਼ਨ ਆ ਜਾਂ ਮੇਰਾ ਇਹ ਟਾਈਮ ਚੁਕਾਉਣ ਜਾਂ ਮੈਨੂੰ ਮਰਵਾਉਣ ਨੂੰ ਇਹ ਦੂਸਰੇ ਗਰੁੱਪ ਨਾਲ ਰਲ ਗਿਆ ਹੈ ਇਹਨਾਂ ਨੇ ਉਹਨੂੰ ਪਹਿਲਾਂ ਸ਼ਰਾਬ ਪਈ ਉੱਥੇ ਦੇ ਥੋੜੀਆਂ ਮੋਟੀਆਂ ਸੱਟਾਂ ਮਾਰੀਆਂ ਫਿਰ ਇਹਨੂੰ ਇਸੇ ਮੋਟਰਸਾਈਕਲ ਦੇ ਲੈ ਕੇ ਚਾਰੋ ਜਾਣੇ ਬੈਠ ਗਏ ਜੋ ਸੂਏ ਵੱਲ ਹੈਗਾ ਉੱਥੇ ਨੂੰ ਇਹਦੇ ਕੱਪੜੇ ਲਾਏ ਇਹਨੂੰ ਬੜੀ ਬੇਰਾਮੀ ਨਾਲ ਕੁੱਟਮਾਰ ਕੀਤੀ ਇਹਦੇ ਸਿਰ ਦੇ ਵਿੱਚ ਅਤੇ ਲੱਤਾਂ ਦੇ ਬੋਡੀ 'ਤੇ ਕਾਫੀ ਮਤਲਬ ਇਹਦੇ ਆਪਣੇ ਜਿਹੜੇ ਜ਼ਖਮ ਕੀਤੇ ਇਹਨੂੰ ਭਜਾ ਕੇ ਇਹਨਾਂ ਨੇ ਮਾਰਿਆ ਕੱਪੜੇ ਵੀ ਇਹਦੇ ਅਸੀਂ ਬਰਾਮਦ ਕਰ ਲਏ ਅਤੇ ਹੁਣ ਅਸੀਂ ਅੱਜ ਜਿਹੜੀ ਹੈਗੀ ਆ ਇਹ ਤਫਤੀਸ਼ ਦੌਰਾਨ ਇਸ ਕਤਲ ਦੇ ਮੁਕੱਦਮੇ 'ਚ ਦੋਸ਼ੀ ਪਵਿੱਤਰ ਨੂੰ ਸੁੱਖੀ ਅਤੇ ਅਵਤਾਰ ਨੂੰ ਗ੍ਰਿਫਤਾਰ ਕਰ ਲਿਆ ਡੋਲਟ ਨਾਲ ਮੇਰਾ ਪੁਰਾਣਾ ਬੈਰ ਸੀ ਉਹ ਮੇਰੇ ਨਾਲ ਬੈਰ ਰੱਖਾ ਦਾ ਪੁਰਾਣਾ ਡੋਲਟਾ ਮੁੰਡਾ ਕੋਟ ਦਾ ਜੀ ਅਤੇ ਉੱਥੇ ਹਾਤੇ ਦੇ ਬੈਠੇ ਉਹ ਉਹਦੀਆਂ ਗੱਲਾਂ ਕਰ ਰਹੇ ਸੀ ਉਹਦੇ ਨਾਲ ਵੀ ਰਹਿੰਦੇ ਸੀ ਸਾਡੇ ਨਾਲ ਵੀ ਰਹਿੰਦੇ ਸੀ ਉੱਥੇ ਬਹਿ ਕੇ ਕਹਿੰਦਾ ਵੀ ਡੋਲਟਾ ਆਊਗਾ ਅਤੇ ਕਿਰਪਾਨਾ ਮਨਮਾਰੂ ਹੋਊ ਐਂ ਕਰੂਗਾ ਅਤੇ ਅਸੀਂ ਡਰ ਗਏ ਜੀ ਅਤੇ ਡਰੇ ਹੋਏ ਅਸੀਂ ਉਹਦੇ ਬੋਤਲਾਂ ਮਾਰੀਆਂ ਸਿਰ 'ਚ ਬੋਤਲਾਂ ਮਾਰ ਕੇ ਸਿਰ 'ਚ ਜੀ ਉੱਥੋਂ ਅਸੀਂ ਉਹਨੂੰ ਲੈ ਕੇ ਨਿਕਲ ਗਏ ਵੀ ਤੈਨੂੰ ਡੋਲਟ ਕੇ ਘਰ ਮੂਹਰੀ ਲੈ ਕੇ ਜਾਵਾਂਗੇ ਅਤੇ ਉੱਥੇ ਜਾਂਦੇ ਜਾਂਦੇ ਅਸੀਂ ਉਹਦੇ ਦਰਖਤ ਦੇ ਡੰਡੇ ਤੋੜ ਕੇ ਉਹਦੇ ਮਾਰੇ ਅਤੇ ਉਹਦੇ ਕੱਪੜੇ ਲਾ ਕੇ ਡੰਡੇ ਮਾਰੇ ਜੀ ਅਤੇ ਉਹਨੂੰ ਭਜਾਇਆ ਅਤੇ ਉਹਨੂੰ ਉਹਦੇ ਘਰ ਤੱਕ ਲਿਆਉਂਦੇ ਰਹੇ ਅਤੇ ਰਾਸਤੇ 'ਚ ਉਹ ਗਿਰ ਜਾਂਦਾ ਸੀ ਫਿਰ ਉਹ ਉਠਾਲਦੇ ਉਹਨੂੰ
देश दुनिया की तमाम खबरों नाल जुड़े रहने लिए सबसक्राइब करो यूट्यूब ते सच कहूं पंजाबी चैनल। इस दे नाल ही बैल आइकन दब के पाओ लेटेस्ट अपडेट सब तो पहला।